ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਕਰਾਂਗੇ ਟਰੈਕਟਰ ਦੇ ਏਅਰ ਕਲੀਨਰ ਤੇ ਬਲੈਕ ਪੈਂਟ ਸਪਰੇ ਪੈਂਟ ਆਪਾਂ ਲਿਆਂਦਾ ਇਹਦੇ ਲਈ, ਤੇ ਤੁਸੀਂ ਇਹਦੀ ਹਾਲਤ ਦੇਖ ਸਕਦੇ ਜੋ ਕਿਸ ਤਰ੍ਹਾਂ ਦੀ ਆ। ਤੇ ਆਪਾਂ ਇਹਦੇ ਤੇ ਬਲੈਕ ਪੈਂਟ ਕਰਾਂਗੇ, ਤੇ ਪੈਂਟ ਕਰਨ ਤੋਂ ਪਹਿਲਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਧੋ ਕੇ ਖੋਲ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਰੇਗਮਲ ਨਾਲ ਰਗੜ ਕੇ ਸਾਫ ਕਰਕੇ ਸੁੱਕੇ ਕੱਪੜੇ ਨਾਲ ਸਾਫ ਕਰਕੇ ਤੇ ਫਿਰ ਆਪਾਂ ਇਹਦੇ ਤੇ ਬਲੈਕ ਪੈਂਟ ਕਰਾਂਗੇ। ਤੇ ਚਲੋ ਹੁਣ ਸਭ ਤੋਂ ਪਹਿਲਾਂ ਆਪਾਂ ਇਹਨੂੰ ਖੋਲ ਕੇ ਅੱਡ ਕਰਦੇ ਹਾਂ, ਤੇ ਫਿਰ ਆਪਾਂ ਇਹਦੇ ਤੇ ਬਾਕੀ ਅਗਲੀ ਪ੍ਰੋਸੈਸ ਕਰਦੇ ਹਾਂ ਕਲਰ ਦੀ। ਏਅਰ ਕਲੀਨਰ ਖੋਲ ਕੇ ਰੱਖ ਲਿਆ ਆਪਾਂ, ਤੇ ਸਭ ਤੋਂ ਪਹਿਲਾਂ ਆਪਾਂ ਇਹਦੇ ਕਲਰ ਨੂੰ ਤੋਂ ਜਿਸ ਤਰ੍ਹਾਂ ਦਾ ਕਲਰ ਖਰਾਬ ਹੋਇਆ ਇਹਨੂੰ ਆਪਾਂ ਰੇਗਮਲ ਨਾਲ ਰਗੜ ਕੇ ਸਾਫ ਕਰਾਂਗੇ ਪੂਰਾ, ਇਹਨੂੰ ਵਧੀਆ ਧੋ ਧਾ ਕੇ ਤੇ ਫਿਰ ਆਪਾਂ ਇਹ 'ਤੇ ਕਲਰ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਇਹਨੂੰ ਸਾਫ ਕਰ ਲਈਏ। ਹੁਣ ਆਪਾਂ ਕਰਦੇ ਹਾਂ ਏਅਰ ਕਲੀਨਰ ਤੇ ਸਪਰੇ ਪੈਂਟ, ਤੇ ਪੈਂਟ ਕਰਨ ਤੋਂ ਪਹਿਲਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਰੇਗਮਲ ਨਾਲ ਰਗੜ ਕੇ ਤੇ ਕੱਪੜੇ ਨਾਲ ਸਾਫ ਕਰ ਲਿਆ ਵਾ, ਤੇ ਹੁਣ ਆਪਾਂ ਕਰਦੇ ਹਾਂ ਤੇ ਪੈਂਟ। ਇੱਕ ਕੋਟ ਆਪਾਂ ਇੱਥੇ ਕਲਰ ਦਾ ਮਾਰਤਾ ਵਾ, ਅਤੇ ਇਹਨੂੰ ਥੋੜ੍ਹਾ ਜਿਹਾ ਸੁੱਕ ਲੈਂਦੇ ਹੁੰਦੇ ਹਾਂ। ਸੁੱਕਣ ਤੋਂ ਬਾਅਦ ਆਪਾਂ ਇੱਥੇ ਦੂਜਾ ਕੋਟ ਮਾਰਦੇ ਹਾਂ, ਅਤੇ ਫਿਰ ਪਤਾ ਲੱਗੂਗਾ ਕਿਸ ਤਰ੍ਹਾਂ ਦੀ ਸ਼ਾਈਨਿੰਗ ਦਿੰਦਾ ਵਾ। ਦੋ ਕੋਟ ਕਲਰ ਦੇ ਕੰਪਲੀਟ ਹੋ ਗਏ ਆ, ਅਤੇ ਦੇਖ ਸਕਦੇ ਤੁਸੀਂ ਕਿਸ ਤਰ੍ਹਾਂ ਦੀ ਇੱਥੇ ਸ਼ਾਈਨਿੰਗ ਆਉਣ ਡੀ ਆ। ਬਾਕੀ ਥੋੜ੍ਹਾ ਚਿਰ ਕਲਰ ਸੁੱਕਣ ਤੋਂ ਬਾਅਦ ਪਤਾ ਲੱਗੂਗਾ ਇਹ ਕਿਸ ਤਰ੍ਹਾਂ ਦੀ ਸ਼ਾਈਨਿੰਗ ਦਿੰਦਾ ਵਾ। ਅਤੇ ਟਾਈਟ 'ਤੇ ਫਿੱਟ ਕਰਦੇ ਇਹਨੂੰ ਫਿਰ ਆਪਾਂ ਥੋੜ੍ਹੀ ਦੇਰ ਬਾਅਦ, ਅਤੇ ਕਲਰ ਬਹੁਤ ਵਧੀਆ ਲੱਗਣ ਡਿਆ। ਹਾਂਜੀ, ਫਿਰ ਏਅਰ ਕਲੀਨਰ ਆਪਾਂ ਕਸਤਾ ਟਾਈਟਰ ਅਤੇ ਪੈਂਟ ਕੰਪਲੀਟ ਹੋ ਗਿਆ, ਅਤੇ ਲੁੱਕ ਤੁਸੀਂ ਦੇਖ ਸਕਦੇ ਜੋ ਸ਼ੀਸ਼ਾ ਆਪਾਂ ਬਲੈਕ ਕਰਤਾ ਅਤੇ ਬਲੈਕ ਫਿਲਮ ਕਰਤੀ, ਅਤੇ ਦੇਖ ਸਕਦੇ ਤੁਸੀਂ ਕਲਰ ਪੈਂਟ ਕੁਆਲਿਟੀ ਤਰ੍ਹਾਂ ਦਾ ਲੱਗਣ ਡਿਆ। ਬਾਕੀ ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਨਾ ਅਤੇ ਕਮੈਂਟ ਕਰਨਾ, ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ।